ਕਣਕ ਸੜਕ ਹਾਦਸੇ ਦੇ ਵਿੱਚ MBBS ਦੇ 2 ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ, ਜਦਕਿ 2 ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਅਚਾਨਕ ਹੀ ਇਹਨਾਂ ਦੀ ਕਾਰ ਸੰਤੁਲਨ ਖੋ ਬੈਂਦੀ ਹੈ ਅਤੇ ਡਿਵਾਈਡਰ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ। ਹਾਲਾਂਕਿ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ, ਕਾਰ ਦੇ ਏਅਰਬੈਗ ਖੁੱਲ੍ਹ ਜਾਂਦੇ ਨੇ, ਪਰ ਬਾਵਜੂਦ ਇਸ ਦੇ ਕਿਹਾ ਜਾ ਰਿਹਾ ਕਿ 2 ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਤਾਂ ਬੇਹੱਦ ਮੰਦਭਾਗੀ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ MBBS ਦੇ 4 ਵਿਦਿਆਰਥੀ ਇੱਕ ਕਾਲੇ ਰੰਗ ਦੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ, ਤਾਂ ਅਚਾਨਕ ਹੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ, ਜਿਸ ਦੇ ਵਿੱਚ 2 ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦਕਿ 2 ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਜੋ 4 ਵਿਦਿਆਰਥੀ ਸੀ ਉਹ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਵਿਦਿਆਰਥੀ ਸੀ। ਹਾਲਾਂਕਿ ਇਹ ਕਿਤੇ ਜਾ ਰਹੇ ਸੀ ਅਤੇ ਅਚਾਨਕ ਹੀ ਇਹਨਾਂ ਦੀ ਕਾਰ ਸੰਤੁਲਨ ਖੋ ਬੈਂਦੀ ਹੈ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੇ ਰੰਗ ਦੀ ਹੋਂਡਾ ਸਿਟੀ ਕਾਰ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਹੋਈ ਹੈ। ਕਾਰ ਦੇ ਏਅਰਬੈਗ ਤਾਂ ਖੁੱਲ੍ਹੇ ਹੋਏ ਨੇ ਅਤੇ ਅਗਲਾ ਹਿੱਸਾ ਜੋ ਹੈ ਬਿਲਕੁਲ ਹੀ ਖਤਮ ਹੋ ਚੁੱਕਾ ਹੈ। ਤਾਂ ਇਸ ਹਾਦਸੇ ਦੇ ਵਿੱਚ 2 MBBS ਦੇ ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ, ਜਦਕਿ 2 ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਦੂਜੇ ਪਾਸੇ ਪੁਲਿਸ ਨੂੰ ਹੁਣ ਇਸ ਦੀ ਸੂਚਨਾ ਦਿੱਤੀ ਗਈ ਹੈ, ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਹ ਦਰਦਨਾਕ ਹਾਦਸਾ ਬਠਿੰਡਾ ਦੇ ਵਿੱਚ ਵਾਪਰਿਆ, ਜਿੱਥੇ ਕਿ 2 MBBS ਦੇ ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ, ਜਦਕਿ 2 ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਇੱਕ ਕਾਰ ਸੰਤੁਲਨ ਖੋ ਬੈਂਦੀ ਹੈ ਅਤੇ ਡਿਵਾਈਡਰ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ, ਜਿਸ ਦੇ ਵਿੱਚ 2 ਨੌਜਵਾਨਾਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਮਾਲ ਰੋਡ 'ਤੇ ਮਲਟੀ ਪਾਰਕਿੰਗ ਦੇ ਕੋਲ ਇੱਕ ਗੱਡੀ ਦਾ ਐਕਸੀਡੈਂਟ ਹੋਇਆ। ਸਾਡੀ ਟੀਮ ਦੇ ਵਲੰਟੀਅਰ ਅਸੀਂ ਮੌਕੇ 'ਤੇ ਪਹੁੰਚੇ ਤਾਂ ਲੋਕਾਂ ਨੇ ਦੱਸਿਆ ਵੀ ਗੱਡੀ ਬਹੁਤ ਤੇਜ਼ ਰਫ਼ਤਾਰ 'ਤੇ ਸੀਗੀ, ਜਿਹਦੇ 4 ਜਣੇ ਸੀ, ਜਿਨ੍ਹਾਂ ਨੂੰ ਅਸੀਂ ਸਿਵਲ ਹੋਸਪਿਟਲ ਪਹੁੰਚਾਇਆ, ਜਿਹਦੇ ਵਿੱਚ 2 ਦੀ ਉੱਥੇ ਸਿਵਲ ਹੋਸਪਿਟਲ ਇਲਾਜ ਦੌਰਾਨ ਡੈਥ ਹੋ ਗਈ। ਇੱਕ ਜਣਾ ਸੀਰੀਅਸ, ਇੱਕ ਜਣਾ ਠੀਕ ਹੈ। ਜਿਹੜਾ ਠੀਕ ਹੈ ਉਹਨੂੰ ਚਾਹੇ ਠੀਕ ਹੈ ਸਿਵਲ ਹੋਸਪਿਟਲ ਹੈ, ਜਿਹੜਾ ਸੀਰੀਅਸ ਉਹਨੂੰ ਦੇਸ਼ ਰੈਫਰ ਕਰਤਾ ਅਤੇ ਸਾਰੇ ਦੇਸ਼ ਦੇ ਵਿੱਚ ਆਪਣੀ ਸਟੱਡੀ ਕਰਦੇ ਸੀ ਡਾਕਟਰ ਦੀ। ਅਤੇ ਇੱਥੇ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ, ਮੌਕੇ 'ਤੇ ਆ ਗਈ ਸੀਗੀ ਜੀ। ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ MBBS ਦੇ 2 ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ, ਜਦਕਿ 2 ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਅਚਾਨਕ ਹੀ ਇਹਨਾਂ ਦੀ ਕਾਰ ਸੰਤੁਲਨ ਖੋ ਬੈਂਦੀ ਹੈ ਅਤੇ ਡਿਵਾਈਡਰ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ। ਹਾਲਾਂਕਿ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ, ਕਾਰ ਦੇ ਏਅਰਬੈਗ ਖੁੱਲ੍ਹ ਜਾਂਦੇ ਨੇ, ਪਰ ਬਾਵਜੂਦ ਇਸ ਦੇ ਕਿਹਾ ਜਾ ਰਿਹਾ ਕਿ 2 ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਤਾਂ ਬੇਹੱਦ ਮੰਦਭਾਗੀ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ MBBS ਦੇ 4 ਵਿਦਿਆਰਥੀ ਇੱਕ ਕਾਲੇ ਰੰਗ ਦੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ, ਤਾਂ ਅਚਾਨਕ ਹੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ, ਜਿਸ ਦੇ ਵਿੱਚ 2 ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦਕਿ 2 ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਜੋ 4 ਵਿਦਿਆਰਥੀ ਸੀ ਉਹ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਵਿਦਿਆਰਥੀ ਸੀ। ਹਾਲਾਂਕਿ ਇਹ ਕਿਤੇ ਜਾ ਰਹੇ ਸੀ ਅਤੇ ਅਚਾਨਕ ਹੀ ਇਹਨਾਂ ਦੀ ਕਾਰ ਸੰਤੁਲਨ ਖੋ ਬੈਂਦੀ ਹੈ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੇ ਰੰਗ ਦੀ ਹੋਂਡਾ ਸਿਟੀ ਕਾਰ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਹੋਈ ਹੈ। ਕਾਰ ਦੇ ਏਅਰਬੈਗ ਤਾਂ ਖੁੱਲ੍ਹੇ ਹੋਏ ਨੇ ਅਤੇ ਅਗਲਾ ਹਿੱਸਾ ਜੋ ਹੈ ਬਿਲਕੁਲ ਹੀ ਖਤਮ ਹੋ ਚੁੱਕਾ ਹੈ। ਤਾਂ ਇਸ ਹਾਦਸੇ ਦੇ ਵਿੱਚ 2 MBBS ਦੇ ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ, ਜਦਕਿ 2 ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਦੂਜੇ ਪਾਸੇ ਪੁਲਿਸ ਨੂੰ ਹੁਣ ਇਸ ਦੀ ਸੂਚਨਾ ਦਿੱਤੀ ਗਈ ਹੈ, ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ
ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਹ ਦਰਦਨਾਕ ਹਾਦਸਾ ਬਠਿੰਡਾ ਦੇ ਵਿੱਚ ਵਾਪਰਿਆ, ਜਿੱਥੇ ਕਿ ਦੋ MBBS ਦੇ ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ, ਜਦਕਿ ਦੋ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਇੱਕ ਕਾਰ ਸੰਤੁਲਨ ਖੋ ਬੈਂਦੀ ਹੈ ਅਤੇ ਡਿਵਾਈਡਰ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ, ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਮਾਲ ਰੋਡ 'ਤੇ ਮਲਟੀ ਪਾਰਕਿੰਗ ਦੇ ਕੋਲ ਗੱਡੀ ਦਾ ਐਕਸੀਡੈਂਟ ਹੋਇਆ। ਸਾਡੇ ਟੀਮ ਦੇ ਵਲੰਟੀਅਰ ਸੀ ਮੌਕੇ 'ਤੇ ਪਹੁੰਚੇ, ਤਾਂ ਲੋਕਾਂ ਨੇ ਦੱਸਿਆ ਵੀ ਗੱਡੀ ਬਹੁਤ ਤੇਜ਼ ਰਫ਼ਤਾਰ 'ਤੇ ਸੀਗੀ, ਜਿਹਦੇ 4 ਜਣੇ ਸੀ, ਜਿਨ੍ਹਾਂ ਨੂੰ ਅਸੀਂ ਸਿਵਲ ਹੋਸਪਿਟਲ ਪਹੁੰਚਾਇਆ, ਜਿਹਦੇ ਵਿੱਚ 2 ਦੀ ਉੱਥੇ ਸਿਵਲ ਹੋਸਪਿਟਲ ਇਲਾਜ ਦੌਰਾਨ ਡੈਥ ਹੋ ਗਈ। ਇੱਕ ਜਣਾ ਸੀਰੀਅਸ, ਇੱਕ ਜਣਾ ਠੀਕ ਹੈ। ਜਿਹੜਾ ਠੀਕ ਹੈ ਉਹਨੂੰ ਠੀਕ ਹੈ ਸਿਵਲ ਹੋਸਪਿਟਲ ਹੈ, ਜਿਹੜਾ ਸੀਰੀਅਸ ਉਹਨੂੰ ਦੇਸ਼ ਰੈਫਰ ਕਰਤਾ, ਅਤੇ ਸਾਰੇ ਦੇਸ਼ ਦੇ ਵਿੱਚ ਆਪਣੀ ਸਟੱਡੀ ਕਰਦੇ ਸੀ ਡਾਕਟਰ ਦੀ। ਅਤੇ ਇੱਥੇ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ, ਮੌਕੇ 'ਤੇ ਆ ਗਈ ਸੀਗੀ ਜੀ।